ਓਵਰਟੇਕ ਕਰਦੇ ਸਮੇਂ ਟਰੱਕ ਅੱਗੇ ਆ ਗਈ ਗੱਡੀ। ਮਹਿਲਾ ਡਰਾਈਵਰ ਨੇ ਰੋਡ ਤੇ ਕੀਤਾ ਹੰਗਾਮਾ, ਟਰੱਕ ਚਾਲਕ ਤੇ ਲਗਾਏ ਇਲਜ਼ਾਮ। ਤਾਂ ਦੱਸ ਦਈਏ ਕਿ ਸੜਕ ਦੇ ਉੱਤੇ ਓਵਰਟੇਕ ਕਰਦੇ ਸਮੇਂ ਇੱਕ ਗੱਡੀ ਜੋ ਕਿ ਮਹਿਲਾ ਚਲਾ ਰਹੀ ਸੀ ਇੱਕ ਟਰੱਕ ਦੇ ਅੱਗੇ ਆ ਜਾਂਦੀ ਹੈ, ਜਿਸ ਤੋਂ ਬਾਅਦ ਟਰੱਕ ਚਾਲਕ ਮੌਕੇ ਤੇ ਬ੍ਰੇਕ ਲਗਾ ਦਿੰਦਾ ਹੈ ਤੇ ਗੱਡੀ ਆਪਣਾ ਸੰਤੁਲਨ ਖੋ ਦਿੰਦੀ ਹੈ ਤੇ ਸੜਕ ਤੇ ਹੀ ਘੁੰਮ ਜਾਂਦੀ ਹੈ। ਤਾਂ ਵਾਲ ਗੱਡੀ ਦੇ ਵਿੱਚ ਬੈਠੇ ਸ਼ਖਸਾਂ ਦੀ ਜਾਨ ਬਚਦੀ ਹੈ, ਜਿਸ ਤੋਂ ਬਾਅਦ ਮਹਿਲਾ ਗੱਡੀ ਦੇ ਵਿੱਚੋਂ ਉਤਰਦੀ ਹੈ ਤੇ ਟਰੱਕ ਚਾਲਕ ਤੇ ਇਲਜ਼ਾਮ ਲਗਾਉਂਦੀ ਹੈ। ਤਾਂ ਉਸਦੀ ਗੱਡੀ ਦਾ ਨੁਕਸਾਨ ਹੋਇਆ ਜਿਸਦੇ ਕਿ ਉਸਦੇ ਵੱਲੋਂ ਟਰੱਕ ਚਾਲਕ ਤੇ ਇਲਜ਼ਾਮ ਲਗਾਏ ਗਏ। ਤਾਂ ਦੱਸਦੀ ਕਿ ਮਾਮਲਾ ਦਰਾਹਾ ਤੋਂ ਸਾਹਮਣੇ ਆਇਆ ਜਿੱਥੇ ਮੌਕੇ ਤੇ ਮੌਜੂਦ ਇੱਕ ਸ਼ਖਸ ਨੇ ਦੱਸਿਆ ਕਿ ਟਰੱਕ ਵਾਲਾ ਆਪਣੀ ਲਾਈਨ 'ਤੇ ਆ ਰਿਹਾ ਸੀ ਤਾਂ ਉਸ ਸਮੇਂ ਮਹਿਲਾ ਤੇਜ਼ ਰਫ਼ਤਾਰ ਗੱਡੀ ਲਿਜਾ ਰਹੀ ਸੀ ਤਾਂ ਉਸਦੇ ਵੱਲੋਂ ਕੱਟ ਮਾਰਿਆ ਗਿਆ ਜਿਸ ਕਾਰਨ ਇਹ ਗੱਡੀ ਟਰੱਕ ਦੇ ਅੱਗੇ ਆ ਗਈ ਤਾਂ ਟਰੱਕ ਵਾਲੇ ਨੇ ਬ੍ਰੇਕ ਲਗਾ ਕੇ ਜਾਨ ਬਚਾ ਲਈ। ਤਾਂ ਉਸਨੇ ਦੱਸਿਆ ਕਿ ਹਾਦਸੇ ਦੇ ਵਿੱਚ ਸਾਰੀ ਗਲਤੀ ਮਹਿਲਾ ਦੀ ਸੀ, ਪਰ ਮਹਿਲਾ ਦੇ ਵੱਲੋਂ ਟਰੱਕ ਚਾਲਕ ਤੇ ਇਲਜ਼ਾਮ ਲਗਾਏ ਗਏ ਕਿ ਉਸਦੇ ਵੱਲੋਂ ਗਲਤੀ ਕੀਤੀ ਗਈ ਜਿਸ ਕਾਰਨ ਉਸਦੀ ਗੱਡੀ ਦਾ ਭਾਰੀ ਨੁਕਸਾਨ ਹੋਇਆ। ਤਾਂ ਮੌਕੇ ਤੇ ਕਾਫੀ ਜਾਮ ਵੀ ਲੱਗ ਜਾਂਦਾ ਹੈ, ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗੱਡੀ ਵੀ ਬੁਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਤੇ ਮਹਿਲਾ ਦੇ ਵੱਲੋਂ ਟਰੱਕ ਚਾਲਕ ਤੇ ਗਲਤ ਡਰਾਈਵਿੰਗ ਕਰਨ ਦੇ ਇਲਜ਼ਾਮ ਲਗਾਏ ਗਏ ਨੇ। ਵੀਰੇ ਗੱਡੀ ਸਾਈਡ ਤੇ ਜਾ ਰਹੇ ਆ ਜੀ, ਇਹਦੀ ਸਾਈਡ ਵੱਜੀ ਆ ਟਰੱਕ ਦੀ ਤੇ ਆ ਗੱਡੀ ਮੇਰੀ ਪੂਰੀ ਘੁੰਮ ਗਈ ਆ, ਮੇਰੀ ਘੁੰਮ ਕੇ ਉਧਰੋਂ ਵੀ ਟਾਇਰ ਜਾਮ ਹੋ ਗਈ। ਸ਼ੁਕਰ ਕਰੋ ਗੱਡੀ ਅਸੀਂ ਤਾਂ ਬਚ ਗਏ, ਸਾਡਾ ਕੋਈ ਗੇਅਰ ਬਾਕਸ ਨਹੀਂ ਖੁੱਲਿਆ, ਸਾਡੀ ਕੋਈ ਕੁਛ ਨਹੀਂ ਹੋਇਆ। ਕਿਤੇ ਵੀ ਨਹੀਂ ਵੱਜੀ ਵੀਰੇ, ਕਿਤੇ ਨਹੀਂ ਵੱਜੀ, ਹੁਣੇ ਹੀ ਕੀਤਾ ਸਾਰਾ ਕੁਛ, ਹੁਣੇ ਹੀ ਹੋਇਆ, ਹੁਣੇ ਹੀ ਹੋਇਆ ਸਾਰਾ ਕੁਛ, ਹੁਣੇ ਹੀ ਉਹ ਟਾਇਰ ਮੈਨੂੰ ਪਤਾ ਨਹੀਂ ਸੀ ਉਹਨਾਂ ਨੇ ਦਿਖਾਇਆ। ਨੁਕਸਾਨ ਕਿੰਨਾ ਦਾ ਜੀ? ਆ ਸਾਰੀ ਗੱਡੀ ਦੇਖ ਲਓ, ਤੁਹਾਡੇ ਸਾਹਮਣੇ ਦਿਖਾ ਦਿਓ, ਪੂਰੀ ਗੱਡੀ ਖਤਮ ਹੋ ਗਈ ਵੀਰੇ, ਸਾਰੀ ਗੱਡੀ ਖਤਮ ਹੋ ਗਈ, ਸਾਰੀ ਗੱਡੀ ਖਤਮ ਹੋ ਗਈ, ਸਾਰੀ ਟੋਟਲੀ ਗੱਡੀ ਖਤਮ ਹੋ ਗਈ। ਕਿੱਥੋਂ ਆ ਰਹੇ ਸੀ ਤੁਸੀਂ? ਮੈਂ ਲੁਧਿਆਣੇ ਤੋਂ। ਕਿੱਧਰ ਜਾ ਰਹੇ ਹੋ? ਖੰਨੇ ਦੁਕਾਨ ਆ ਮੇਰੀ। ਮੈਂ ਸਰ ਪਾਣੀ ਪੀ ਰਿਹਾ ਸੀ, ਇੱਧਰੋਂ ਗੱਡੀ ਤੇਜ਼ ਲੰਘਦੀ ਵੀ ਸੀ ਤੇ ਵਿਚਾਲੇ ਗੱਡੀ ਆ ਸੀ, ਇਹ ਆਪਣੀ ਟਰੱਕ ਵਾਲਾ ਆਪਣੀ ਸਾਈਡ 'ਤੇ ਆ ਰਿਹਾ ਸੀ, ਉਹ ਜਿਹੜੀ ਗੱਡੀ ਤੇਜ਼ ਲੰਘਦੀ ਸੀ ਉਹਨਾਂ ਨੇ ਇਹਨਾਂ ਨੂੰ ਕੱਟ ਮਾਰਿਆ, ਇਹਨਾਂ ਨੇ ਟਰੱਕ ਵਾਲੀ ਸਾਈਡ ਕਰਤੀ। ਉਹ ਆਪਣੀ ਬ੍ਰੇਕ ਮਾਰਦਾ ਮਾਰਦਾ ਆਪਣੇ ਕਿਨਾਰੇ 'ਤੇ ਲਿਆ, ਹਜੇ ਵੀ ਆਪਣਾ ਉਹ ਆਪਣੀ ਫੁੱਟਪਾਥ ਨਾਲ ਹੀ ਖੜਾ ਆਪਣਾ, ਉਹ ਡਰਾਈਵਰ ਦਾ ਕੋਈ ਕਸੂਰ ਨਹੀਂ ਹੈਗਾ ਵੀਰੇ, ਕਸੂਰ ਇਹਨਾਂ ਦਾ ਵਾ, ਇਹਨਾਂ ਨੂੰ ਗੱਡੀ ਨੇ ਓਵਰਟੇਕ ਕੀਤਾ, ਇਹਨਾਂ ਨੇ ਕੱਟ ਮਾਰਿਆ, ਟਰੱਕ ਗੱਡੀ ਆ ਗਿਆ ਅਤੇ ਟਰੱਕ ਵਾਲੇ ਨੇ ਬ੍ਰੇਕ ਮਾਰ ਕੇ, ਸ਼ੋਰ ਕਰੋ ਵੀ ਤੁਸੀਂ ਬਚਾ ਲਏ ਇਹਨਾਂ ਦੀ ਜਾਨਾਂ, ਵੀ ਉਹ ਬੰਦਾ ਪੂਰਾ ਮਜ਼ਬੂਤ ਬੰਦਾ ਸੀ, ਉਹ ਨਹੀਂ ਕੋਈ ਜਾਨੀ ਮਾਲ ਦਾ ਨੁਕਸਾਨ ਨਹੀਂ ਹੋਇਆ। ਓਵਰਟੇਕ ਕਰਦੇ ਸਮੇਂ ਟਰੱਕ ਅੱਗੇ ਆ ਗਈ ਗੱਡੀ। ਮਹਿਲਾ ਡਰਾਈਵਰ ਨੇ ਰੋਡ ਤੇ ਕੀਤਾ ਹੰਗਾਮਾ, ਟਰੱਕ ਚਾਲਕ ਤੇ ਲਗਾਏ ਇਲਜ਼ਾਮ। ਤਾਂ ਦੱਸ ਦਈਏ ਕਿ ਸੜਕ ਦੇ ਉੱਤੇ ਓਵਰਟੇਕ ਕਰਦੇ ਸਮੇਂ ਇੱਕ ਗੱਡੀ ਜੋ ਕਿ ਮਹਿਲਾ ਚਲਾ ਰਹੀ ਸੀ ਇੱਕ ਟਰੱਕ ਦੇ ਅੱਗੇ ਆ ਜਾਂਦੀ ਹੈ, ਜਿਸ ਤੋਂ ਬਾਅਦ ਟਰੱਕ ਚਾਲਕ ਮੌਕੇ ਤੇ ਬ੍ਰੇਕ ਲਗਾ ਦਿੰਦਾ ਹੈ ਤੇ ਗੱਡੀ ਆਪਣਾ ਸੰਤੁਲਨ ਖੋ ਦਿੰਦੀ ਹੈ ਤੇ ਸੜਕ ਤੇ ਹੀ ਘੁੰਮ ਜਾਂਦੀ ਹੈ। ਤਾਂ ਵਾਲ ਗੱਡੀ ਦੇ ਵਿੱਚ ਬੈਠੇ ਸ਼ਖਸਾਂ ਦੀ ਜਾਨ ਬਚਦੀ ਹੈ, ਜਿਸ ਤੋਂ ਬਾਅਦ ਮਹਿਲਾ ਗੱਡੀ ਦੇ ਵਿੱਚੋਂ ਉਤਰਦੀ ਹੈ ਤੇ ਟਰੱਕ ਚਾਲਕ ਤੇ ਇਲਜ਼ਾਮ ਲਗਾਉਂਦੀ ਹੈ। ਤਾਂ ਉਸਦੀ ਗੱਡੀ ਦਾ ਨੁਕਸਾਨ ਹੋਇਆ ਜਿਸਦੇ ਕਿ ਉਸਦੇ ਵੱਲੋਂ ਟਰੱਕ ਚਾਲਕ ਤੇ ਇਲਜ਼ਾਮ ਲਗਾਏ ਗਏ। ਤਾਂ ਦੱਸਦੀ ਕਿ ਮਾਮਲਾ ਦਰਾਹਾ ਤੋਂ ਸਾਹਮਣੇ ਆਇਆ ਜਿੱਥੇ ਮੌਕੇ ਤੇ ਮੌਜੂਦ ਇੱਕ ਸ਼ਖਸ ਨੇ ਦੱਸਿਆ ਕਿ ਟਰੱਕ ਵਾਲਾ ਆਪਣੀ ਲਾਈਨ 'ਤੇ ਆ ਰਿਹਾ ਸੀ ਤਾਂ ਉਸ ਸਮੇਂ ਮਹਿਲਾ ਤੇਜ਼ ਰਫ਼ਤਾਰ ਗੱਡੀ ਲਿਜਾ ਰਹੀ ਸੀ ਤਾਂ ਉਸਦੇ ਵੱਲੋਂ ਕੱਟ ਮਾਰਿਆ ਗਿਆ ਜਿਸ ਕਾਰਨ ਇਹ ਗੱਡੀ ਟਰੱਕ ਦੇ ਅੱਗੇ ਆ ਗਈ ਤਾਂ ਟਰੱਕ ਵਾਲੇ ਨੇ ਬ੍ਰੇਕ ਲਗਾ ਕੇ ਜਾਨ ਬਚਾ ਲਈ। ਤਾਂ ਉਸਨੇ ਦੱਸਿਆ ਕਿ ਹਾਦਸੇ ਦੇ ਵਿੱਚ ਸਾਰੀ ਗਲਤੀ ਮਹਿਲਾ ਦੀ ਸੀ, ਪਰ ਮਹਿਲਾ ਦੇ ਵੱਲੋਂ ਟਰੱਕ ਚਾਲਕ ਤੇ ਇਲਜ਼ਾਮ ਲਗਾਏ ਗਏ ਕਿ ਉਸਦੇ ਵੱਲੋਂ ਗਲਤੀ ਕੀਤੀ ਗਈ ਜਿਸ ਕਾਰਨ ਉਸਦੀ ਗੱਡੀ ਦਾ ਭਾਰੀ ਨੁਕਸਾਨ ਹੋਇਆ। ਤਾਂ ਮੌਕੇ ਤੇ ਕਾਫੀ ਜਾਮ ਵੀ ਲੱਗ ਜਾਂਦਾ ਹੈ, ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗੱਡੀ ਵੀ ਬੁਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਤੇ ਮਹਿਲਾ ਦੇ ਵੱਲੋਂ ਟਰੱਕ ਚਾਲਕ ਤੇ ਗਲਤ ਡਰਾਈਵਿੰਗ ਕਰਨ ਦੇ ਇਲਜ਼ਾਮ ਲਗਾਏ ਗਏ ਨੇ। ਵੀਰੇ ਗੱਡੀ ਸਾਈਡ ਤੇ ਜਾ ਰਹੇ ਆ ਜੀ, ਇਹਦੀ ਸਾਈਡ ਵੱਜੀ ਆ ਟਰੱਕ ਦੀ ਤੇ ਆ ਗੱਡੀ ਮੇਰੀ ਪੂਰੀ ਘੁੰਮ ਗਈ ਆ,
ਮੇਰੀ ਘੁੰਮ ਕੇ ਉਧਰੋਂ ਵੀ ਟਾਇਰ ਜਾਮ ਜਾਮ ਹੋ ਗਈ, ਸ਼ੁਕਰ ਕਰੋ ਗੱਡੀ ਅਸੀਂ ਤਾਂ ਬਚ ਗਏ, ਸਾਡਾ ਕੋਈ ਗੇਅਰ ਬਾਕਸ ਨਹੀਂ ਖੁੱਲਿਆ, ਸਾਡੀ ਕੋਈ ਕੁਛ ਨਹੀਂ ਹੋਇਆ। ਕਿਤੇ ਵੀ ਨਹੀਂ ਵੱਜੀ ਵੀਰੇ, ਕਿਤੇ ਨਹੀਂ ਵੱਜੀ, ਹੁਣੇ ਕੀਤਾ ਸਾਰਾ ਕੁਛ, ਹੁਣੇ ਹੋਇਆ, ਹੁਣੇ ਹੋਇਆ ਸਾਰਾ ਕੁਛ, ਹੁਣੇ ਉਹ ਟਾਇਰ ਮੈਨੂੰ ਪਤਾ ਨਹੀਂ ਸੀ ਉਹਨਾਂ ਨੇ ਦਿਖਾਇਆ। ਆ ਸਾਰੀ ਗੱਡੀ ਦੇਖ ਲਓ, ਤੁਹਾਡੇ ਸਾਹਮਣੇ ਦਿਖਾ ਦਿਓ, ਪੂਰੀ ਗੱਡੀ ਖਤਮ ਹੋ ਗਈ ਵੀਰੇ, ਸਾਰੀ ਗੱਡੀ ਖਤਮ ਹੋ ਗਈ, ਸਾਰੀ ਗੱਡੀ ਖਤਮ ਹੋ ਗਈ, ਸਾਰੀ ਟੋਟਲੀ ਗੱਡੀ ਖਤਮ ਹੋ ਗਈ। ਕਿੱਥੋਂ ਆ ਰਹੇ ਸੀ ਤੁਸੀਂ? ਮੈਂ ਲੁਧਿਆਣੇ ਤੋਂ। ਕਿੱਧਰ ਜਾ ਰਹੇ? ਖੰਨੇ ਦੁਕਾਨ ਆ ਮੇਰੀ। ਮੈਂ ਸਰ ਪਾਣੀ ਪੀ ਰਿਹਾ ਸੀ, ਇੱਧਰੋਂ ਗੱਡੀ ਤੇਜ਼ ਲੰਘਦੀ ਵੀ ਸੀ ਤੇ ਵਿਚਾਲੇ ਗੱਡੀ ਆ ਸੀ, ਇਹ ਆਪਣੇ ਟਰੱਕ ਵਾਲਾ ਆਪਣੀ ਸਾਈਡ 'ਤੇ ਆ ਰਿਹਾ ਸੀ, ਉਹ ਜਿਹੜੀ ਗੱਡੀ ਤੇਜ਼ ਲੰਘਦੀ ਸੀ ਉਹਨਾਂ ਨੇ ਇਹਨਾਂ ਨੂੰ ਕੱਟ ਮਾਰਿਆ, ਇਹਨਾਂ ਨੇ ਟਰੱਕ ਵਾਲੀ ਸਾਈਡ ਕਰਤੀ। ਅੱਛਾ। ਉਹ ਆਪਣੀ ਬ੍ਰੇਕ ਮਾਰਦਾ ਮਾਰਦਾ ਆਪਣੇ ਕਿਨਾਰੇ 'ਤੇ ਲਿਆ, ਹਜੇ ਵੀ ਆਪਣਾ ਉਹ ਆਪਣੀ ਫੁੱਟਪਾਥ ਨਾਲ ਹੀ ਖੜਾ ਆਪਣਾ, ਉਹ ਡਰਾਈਵਰ ਦਾ ਕੋਈ ਕਸੂਰ ਨਹੀਂ ਹੈਗਾ ਵੀਰੇ, ਕਸੂਰ ਇਹਨਾਂ ਦਾ ਵਾ, ਇਹਨਾਂ ਨੂੰ ਗੱਡੀ ਨੇ ਓਵਰਟੇਕ ਕੀਤਾ, ਇਹਨਾਂ ਨੇ ਕੱਟ ਮਾਰਿਆ, ਓਵਰਟੇਕ ਕਰਕੇ ਗੱਡੀ ਟਰੱਕ ਗਿਆ, ਟਰੱਕ ਗੱਡੀ ਆ ਗਿਆ ਤੇ ਟਰੱਕ ਵਾਲੇ ਨੇ ਬ੍ਰੇਕ ਮਾਰ ਕੇ, ਸ਼ੁਕਰ ਕਰੋ ਵੀ ਤੁਸੀਂ ਬਚਾ ਲਈ ਇਹਨਾਂ ਦੀ ਜਾਨਾਂ, ਵੀ ਉਹ ਬੰਦਾ ਪੂਰਾ ਮਜ਼ਬੂਤ ਬੰਦਾ ਸੀ, ਉਹ ਨਹੀਂ ਕੋਈ ਜਾਨੀ ਮਾਲ ਦਾ ਨੁਕਸਾਨ ਨਹੀਂ ਹੋਇਆ।